ਵਤਨ ਟੀਵੀ ਦੇ ਦਰਸ਼ਕਾਂ ਨੂੰ ਅਸੀਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ। ਅੱਜ ਅਸੀਂ ਇੰਡੋ ਕੈਨੇਡੀਅਨ ਪੰਜਾਬੀ ਡਾਇਰੈਕਟਰੀ ਜਿਹੜੀ ਹੈ ਇਹਦਾ 6ਵਾਂ ਐਡੀਸ਼ਨ ਜਾਰੀ ਕਰਨ ਜਾ ਰਹੇ ਹਾਂ। ਇਹ ਡਾਇਰੈਕਟਰੀ ਅਸੀਂ 1997 ਦੇ ਵਿੱਚ ਸ਼ੁਰੂ ਕੀਤੀ ਸੀ, ਸਭ ਤੋਂ ਪਹਿਲਾਂ ਇਸ ਆਸ਼ੇ ਨਾਲ ਕਿ ਜਿਹੜੇ ਨਵੇਂ ਆਉਂਦੇ ਆ ਐਡਮਿੰਟਨ ਦੇ ਵਿੱਚ ਲੋਕ ਆਪਣੇ, ਉਹਨਾਂ ਵਾਸਤੇ ਜਿੰਨੀ ਵੱਧ ਤੋਂ ਵੱਧ ਜਾਣਕਾਰੀ ਅਸੀਂ ਦੇ ਸਕਦੇ ਹਾਂ ਉਹ ਦਿੱਤੀ ਜਾਵੇ। ਉਹਦੇ ਤੋਂ ਬਾਅਦ ਸਾਨੂੰ ਇੰਨਾ ਹੁੰਗਾਰਾ ਵਧੀਆ ਤੁਹਾਡੇ ਸਾਰਿਆਂ ਵੱਲੋਂ ਮਿਲਿਆ ਕਿ ਅੱਜ ਅਸੀਂ ਇਹ 6ਵਾਂ ਐਡੀਸ਼ਨ 2010 ਜਿਹੜਾ ਆ ਉਹ ਜਾਰੀ ਕਰਨ ਜਾ ਰਹੇ ਹਾਂ। ਇਸ ਡਾਇਰੈਕਟਰੀ ਵਿੱਚ ਇਹ ਇਕੱਲੀ ਡਾਇਰੈਕਟਰੀ ਨਹੀਂ, ਇਹਦੇ ਵਿੱਚ ਇਕੱਲੇ ਜਿਹੜੇ ਸਾਡੇ ਵਪਾਰਕ ਸੁਨੇਹੇ ਹੁੰਦੇ ਆ ਉਹਨਾਂ ਤੋਂ ਨਾਲ ਨਾਲ ਅਸੀਂ ਨਵੇਂ ਆਏ ਲੋਕਾਂ ਬਾਰੇ, ਜਿਹੜੇ ਇੱਥੇ ਰਹਿੰਦੇ ਲੋਕ ਆ ਉਹਨਾਂ ਵਾਸਤੇ ਜਿੰਨੀ ਵੀ ਵਡਮੁੱਲੀ ਜਾਣਕਾਰੀ ਅਸੀਂ ਦੇ ਸਕਦੇ ਹਾਂ ਦਿੰਦੇ ਹਾਂ। ਉੱਚੇ ਤੌਰ 'ਤੇ ਮੈਂ ਇਹ ਦੱਸਣਾ ਚਾਹਾਂਗਾ ਕਿ ਇਸ ਸਾਲ ਸਿਟੀਜ਼ਨਸ਼ਿਪ ਦੇ ਟੈਸਟ ਵਾਸਤੇ ਜਿਹੜਾ ਆ ਸਰਕਾਰ ਨੇ ਇੱਕ ਨਵੀਂ ਕਿਤਾਬ ਜਾਰੀ ਕੀਤੀ ਆ। ਪੁਰਾਣੇ ਟੈਸਟ ਜਿਹੜੇ ਸੀ ਉਹ ਖਤਮ ਕਰਕੇ 15 ਮਾਰਚ ਇਸ ਸਾਲ ਤੋਂ ਨਵਾਂ ਟੈਸਟ ਸ਼ੁਰੂ ਕੀਤਾ ਗਿਆ। ਉਸ ਟੈਸਟ ਵਾਸਤੇ ਜਿੰਨੇ ਵੀ ਸਵਾਲ ਜਵਾਬ ਮੈਂ ਤਿਆਰ ਕਰ ਸਕਿਆ ਉਹਦੇ ਵਿੱਚ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਆ, ਪੰਜਾਬੀ ਦੇ ਵਿੱਚ ਵੀ, ਇੰਗਲਿਸ਼ ਵਿੱਚ ਵੀ, ਨਕਸ਼ਾ ਬਣਾ ਕੇ ਪੰਜਾਬੀ ਦੇ ਵਿੱਚ ਉਹਦੇ ਵਿੱਚ ਅਸੀਂ ਕੈਨੇਡਾ ਜਿਹੜਾ ਆ ਉਹਦੇ ਬਾਰੇ ਕਾਫੀ ਵੱਧ ਤੋਂ ਵੱਧ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ। ਜੇ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੋਏ ਤੁਸੀਂ ਕਿਸੇ ਨਾਲ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਪਰ ਇਹ ਜਿਹੜੀ ਡਾਇਰੈਕਟਰੀ ਆ ਇਹਦੇ ਬਾਰੇ ਇਹ ਦੱਸਣਾ ਚਾਹੁੰਦੇ ਹਾਂ ਕਿ ਤਕਰੀਬਨ 4000 ਦੇ ਲਾਗੇ ਆਪਣੇ ਘਰ ਜਿਹੜੇ ਪੰਜਾਬੀ ਆ ਉਹਨਾਂ ਦੇ ਨਾਂ ਐਡਰੈਸ ਅਸੀਂ ਇਹਦੇ ਵਿੱਚ ਦਿੰਦੇ ਹਾਂ। ਮੈਂ ਸਭ ਤੋਂ ਪਹਿਲਾਂ ਆਪਣੇ ਸਾਰੇ ਸਾਡੇ ਪਾਠਕਾਂ ਦਾ ਧੰਨਵਾਦ ਕਰਦਾ ਹਾਂ ਅਤੇ ਸਾਡੇ ਜਿਹੜੇ ਵਪਾਰੀ ਭਾਈਚਾਰੇ ਨੇ ਉਹਨਾਂ ਦਾ ਸਹਿਯੋਗ ਲਈ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਡੀ ਡਾਇਰੈਕਟਰੀ ਸਾਰੇ ਭਾਈਚਾਰੇ ਤੱਕ ਪਹੁੰਚਦੀ ਕੀਤੀ ਹੈ। ਅਤੇ ਇਸ ਲਈ ਸਾਨੂੰ ਕਿਸੇ ਵੀ ਵੇਲੇ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਉੱਪਰ 7804621133 780-462-1133 ਜਾਂ ਸਾਡਾ ਈਮੇਲ ਪਤਾ ਹੈਗਾ punjabidirectory@gmail.com ਜਾਂ ਸਾਡੀ ਵੈਬਸਾਈਟ 'ਤੇ ਜਾ ਸਕਦੇ ਹੋ ਪੰਜਾਬੀ ਡਾਇਰੈਕਟਰੀ ਐਡਮਿੰਟਨ www.punjabidirectory.com। ਕਿਸੇ ਵੀ ਵੇਲੇ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। ਲਾਰਡ ਪਿੰਡਰ ਸਾਹਿਬ ਨੂੰ ਅਤੇ ਇਹਨਾਂ ਦੀ ਸਾਰੀ ਟੀਮ ਨੂੰ ਮੈਂ ਆਪਣੇ ਵੱਲੋਂ ਔਰ ਸਾਡੇ ਪ੍ਰੀਮੀਅਰ ਵੱਲੋਂ ਜਿੰਨੇ ਸਾਡੇ ਕੋਲੀਗਸ ਹੈਗੇ ਅਲਬਰਟਾ ਲੈਜਿਸਲੇਚਰ ਦੇ ਵਿੱਚ ਬਹੁਤ ਬਹੁਤ ਵਧਾਈ ਦੇਣਾ ਚਾਹਾਂਗਾ ਜੀ, ਜਿਨ੍ਹਾਂ ਨੇ ਬੜੀ ਦੇਰ ਤੋਂ ਇਸ ਉੱਤੇ ਕੰਮ ਕਰ ਰਹੇ ਆ। ਸਿੰਸ 1997 ਤੋਂ 1997 ਤੋਂ ਇਹਨਾਂ ਨੇ ਜਦੋਂ ਪਹਿਲੀ ਡਾਇਰੈਕਟਰੀ ਕੀਤੀ ਕੱਢੀ ਸੀਗੀ ਉਸ ਟਾਈਮ ਦੇ ਵਿੱਚ ਵੀ ਅਸੀਂ ਇਹਦੇ ਵਿੱਚ ਪਾਰਟੀਸਪੇਟ ਕੀਤਾ ਸੀ। ਸਾਨੂੰ ਅੱਜ ਬਹੁਤ ਹੀ, ਮੈਨੂੰ ਖੁਦ ਨੂੰ ਇਹ ਗਰਵ ਮਹਿਸੂਸ ਹੋ ਰਿਹਾ ਕਿ ਅਸੀਂ ਅੱਜ ਇੱਥੇ ਆਏ ਹਾਂ ਇਹਨਾਂ ਦੀ 2010 ਦੀ ਐਡੀਸ਼ਨ ਜਿਹੜੀ ਡਾਇਰੈਕਟਰੀ ਦੀ ਹੈਗੀ ਉਹਨੂੰ ਰਿਲੀਜ਼ ਕਰਨ ਦੇ ਲਈ। ਔਰ ਜੋ ਇਹਨਾਂ ਨੇ ਇਹ ਟਾਈਟਲ ਚੂਜ਼ ਕੀਤਾ ਬ੍ਰਿਜਿੰਗ ਦ ਗੈਪ, ਬਹੁਤ ਹੀ ਅਪਰੋਪਰੀਏਟ ਟਾਈਟਲ ਹੈਗਾ। ਜਿਹੜੀ ਪੰਜਾਬੀ ਡਾਇਰੈਕਟਰੀ ਅੱਜ ਇੱਥੇ ਜਿਹਦਾ 6ਵਾਂ ਐਡੀਸ਼ਨ ਸਾਡੇ ਲਾਰਡ ਪਿੰਡਰ ਹੋਰਾਂ ਨੇ ਇਸ਼ੂ ਕੀਤਾ, ਮੈਂ ਸਮਝਦਾ ਕਿ ਇਹ ਡਾਇਰੈਕਟਰੀ ਬਹੁਤ ਇੰਪੋਰਟੈਂਟ ਹੈ ਸਾਡੀ ਕਮਿਊਨਿਟੀ ਵਾਸਤੇ। ਜਦੋਂ ਵੀ ਕੋਈ ਨਵਾਂ ਪਰਿਵਾਰ ਐਡਮਿੰਟਨ ਦੇ ਵਿੱਚ ਆਉਂਦਾ ਤਾਂ ਉਹਨੂੰ ਐਡਮਿੰਟਨ ਦੇ ਵਿੱਚ ਆਪਣੀ ਜਿਹੜੀ ਆਪਣੇ ਐਡਮਿੰਟਨ ਦੇ ਵਿੱਚ ਰਹਿਣ ਵਾਸਤੇ ਜਿਹੜੀਆਂ ਮੁੱਢਲੀਆਂ ਬੁਨਿਆਦੀ ਲੋੜਾਂ ਦੇ ਬਾਰੇ ਜਾਣਕਾਰੀ ਲੈਣ ਦੀ ਜ਼ਰੂਰਤ ਹੁੰਦੀ ਹੈ ਉਹ ਇਸ ਡਾਇਰੈਕਟਰੀ ਦੇ ਵਿੱਚ ਮੌਜੂਦ ਨੇ। ਭਾਵੇਂ ਤੁਸੀਂ ਆਪਣੇ ਘਰ ਕਿੱਥੇ ਖਰੀਦਣਾ ਉਹਦੇ ਬਾਰੇ ਇਨਫੋਰਮੇਸ਼ਨ ਲੈਣੀ ਹੋਵੇ, ਕਿੱਥੇ ਜਾ ਕੇ ਤੁਸੀਂ ਆਪਣਾ ਡਰਾਈਵਰ ਲਾਇਸੈਂਸ ਬਣਾਉਣਾ ਉਹਦੇ ਬਾਰੇ ਇਨਫੋਰਮੇਸ਼ਨ ਲੈਣੀ ਹੋਵੇ, ਕਿੱਥੇ ਜਾ ਕੇ ਤੁਸੀਂ ਸੋਸ਼ਲ ਇੰਸ਼ੋਰੈਂਸ ਨੰਬਰ ਲੈਣਾ, ਮੈਂ ਸਮਝਦਾ ਕਿ ਇੱਕ ਇਹੋ ਜਿਹਾ ਰਿਸੋਰਸ ਹੈ ਕਿ ਜਿਹੜਾ ਲੋਕਾਂ ਨੂੰ ਐਡਮਿੰਟਨ ਦੇ ਵਿੱਚ ਵਸਣ ਵਾਸਤੇ ਉਹਨਾਂ ਦੀ ਜਿਹੜੀ ਲਾਈਫ ਹੈ ਉਹ ਸੌਖੀ ਬਣਾਉਣ ਦੇ ਵਿੱਚ ਸਹਾਈ ਹੁੰਦਾ। ਜਿਉਂ ਜਿਉਂ ਕਮਿਊਨਿਟੀ ਵੱਧਦੀ ਜਾਂਦੀ ਹੈ ਤਿਉਂ ਤਿਉਂ ਸਾਨੂੰ ਇੱਕ ਪਲੇਟਫਾਰਮ ਚਾਹੀਦਾ ਜੋ ਸਾਨੂੰ ਸਭ ਨੂੰ ਇੱਕ ਦੂਸਰੇ ਬਾਰੇ ਦੱਸ ਸਕੇ, ਅਤੇ ਕਮਿਊਨਿਟੀ ਦੇ ਵਿੱਚ ਡਾਇਰੈਕਟਰੀ ਇੱਕ ਬਹੁਤ ਅਹਿਮ ਰੋਲ ਨਿਭਾਉਂਦੀ ਹੈ। ਲਾਰਡ ਪਿੰਡਰ ਸਾਹਿਬ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਇਸ ਵਧੀਆ ਕੰਮ ਵਾਸਤੇ।
ਸਾਡੇ ਵਾਸਤੇ ਗੁੱਡ ਆ। ਹੁਣ ਜਦੋਂ ਸਾਡੇ ਬਿਜ਼ਨਸ ਦੇ ਵਿੱਚ ਕਿਸੇ ਨੂੰ ਲੋੜ ਹੁੰਦੀ ਆ, ਕਿਸੇ ਨੂੰ ਮਨੀ ਇੰਡੀਆ ਭੇਜਣੀ ਆ ਅਤੇ ਅਵੇਲੇਬਲ ਨਹੀਂ ਹੁੰਦਾ ਕਿਤੇ ਪੇਪਰ ਜਾਂ ਹੋਰ ਕਿਤੇ ਉਹਨੂੰ ਨਹੀਂ ਪਤਾ ਲੱਗਦਾ, ਤਾਂ ਡਾਇਰੈਕਟਰੀ ਤਾਂ ਘੱਟੋ ਘੱਟ ਘਰ ਦੇ ਵਿੱਚ ਹੁੰਦੀ ਹੁੰਦੀ ਆ, ਅਤੇ ਉਹ ਡਾਇਰੈਕਟਰੀ ਤੋਂ ਵੇਖ ਕੇ ਫਿਰ ਕੋਈ ਵੀ ਬਿਜ਼ਨਸ ਦਾ ਉਹਨੇ ਐਡਰੈਸ ਲੱਭਣਾ ਜਾਂ ਫੋਨ ਨੰਬਰ ਲੈਣਾ ਤਾਂ ਲੈ ਸਕਦਾ। ਡਾਇਰੈਕਟਰੀ ਸਭ ਤੋਂ ਹੈਲਪਫੁਲ ਇਹ ਆ ਜੀ, ਇਹਦੇ ਵਿੱਚ ਸਾਰੇ ਕਿ ਜਿਹੜਾ ਬਿਜ਼ਨਸ ਮਰਜ਼ੀ ਇੱਕ ਮਿੰਟ 'ਚ ਲੱਭ ਲਓ ਤੁਸੀਂ, ਇਕੱਲਾ ਇਹੋ ਨਹੀਂ, ਇਹਦੇ ਮੇਨ ਜਿਹੜੀ ਚੀਜ਼ ਹੈ ਮੈਂ ਨੋਟ ਕੀਤੀ ਆ, ਮੈਨੂੰ ਹਜੇ ਤੱਕ ਲਾਸਟ ਹੀ ਆ ਦੀ ਡਾਇਰੈਕਟਰੀ ਦੇ ਫੋਨ ਆਉਂਦੇ ਆ ਜੀ ਵੀ ਡਾਇਰੈਕਟਰੀ ਹੈ ਕਿ ਨਹੀਂ ਜਿਹੜੇ ਵਿੱਚ ਸਵਾਲ ਜਵਾਬ ਪਾਉਣ ਦੇ ਜਾਂ ਜਿਹੜੇ ਕਮਿਊਨੀਕੇਸ਼ਨ ਵਾਸਤੇ ਜਾਂ ਸਿਟੀਜ਼ਨਸ਼ਿਪ ਵਾਸਤੇ, ਇਹ ਜਿਹੜੀ ਚੀਜ਼ ਆ ਸਾਡੀ ਪੰਜਾਬੀ ਕਮਿਊਨਿਟੀ ਵਾਸਤੇ ਬਹੁਤ ਬਹੁਤ ਵਧੀਆ ਮੈਂ ਵੱਡੀ ਮੈਂ ਦੇਣ ਆ ਜੀ। ਹਰੇਕ ਬੰਦੇ ਲਈ ਬਹੁਤ ਹੈਲਪਫੁਲ ਹੈ, ਕਿਉਂਕਿ ਸਾਰੇ ਟ੍ਰੇਡਸਮੈਨ ਇੱਥੇ ਆਉਂਦੇ ਆ, ਸਾਰੇ ਟ੍ਰੇਡਸਮੈਨ ਇੱਥੇ ਐਡ ਪਾਉਂਦੇ ਆ, ਤਾਂ ਹਰੇਕ ਦੀ ਐਡ ਆਉਂਦੀ ਆ, ਹਰੇਕ ਬੰਦੇ ਇਹਨਾਂ ਨੂੰ ਫੋਨ ਕਰਦਾ, ਤਾਂ ਵੈਰੀ ਹੈਲਪਫੁਲ ਹੈ ਇਹ ਡਾਇਰੈਕਟਰੀ। ਤਾਂ ਇਹੀ ਖੁਸ਼ ਹਾਂਗੇ ਕਿ ਵੀ ਇਹ ਦਿਨੋਂ ਦਿਨ ਵੱਡੀ ਹੁੰਦੀ ਜਾਂਦੀ ਹੈ, ਇਹਦੀ ਕੁਆਲਿਟੀ ਅੱਗੇ ਨਾਲੋਂ ਬਹੁਤ ਵਧੀਆ ਹੁੰਦੀ ਜਾਂਦੀ ਹੈ, ਅਤੇ ਇਹ ਵੀ ਇੱਕ ਤਰ੍ਹਾਂ ਦਾ ਸਾਡੇ ਸਮਾਜ ਦੀਆਂ ਜੜ੍ਹਾਂ ਹੈ ਜਿਹੜੀਆਂ ਹੈਗੀਆਂ, ਇਕੱਤਰਤਾ ਕਰਕੇ ਉਹਨਾਂ ਨੂੰ ਸਾਡੇ ਮੂਹਰੇ ਪੇਸ਼ ਕੀਤਾ ਜਾਂਦਾ, ਅਤੇ ਇਸ ਲਈ ਅਸੀਂ ਇੱਥੇ ਸਾਰੇ ਹੱਲਾਸ਼ੇਰੀ ਦੇਣ ਆਏ ਹੋਏ ਹਾਂ। ਇਹ ਮੈਂ ਕਹਿੰਦਾ ਕਿ ਲਾਟ ਭਿੰਡਰ ਦੀ ਬਹੁਤ ਜ਼ਿਆਦਾ ਮਿਹਨਤ ਹੈ ਇਹਦੇ 'ਚ ਕਿ ਇਹੋ ਜਿਹੀ ਪ੍ਰੋਡਕਸ਼ਨ ਦੇਣੀ ਔਰ ਕਲਰਡ ਸਾਰਾ ਦੇਣਾ ਵਿੱਚ ਆਰਟ ਪੇਪਰ ਦੇ ਉੱਤੇ ਇਸ਼ਤਿਹਾਰ ਸਾਰੇ ਇੰਨੀ ਮਿਹਨਤ ਦੇ ਨਾਲ ਛਾਪੀ ਗਈ ਹੈ ਔਰ ਫਿਰ ਹੈਰਾਨੀ ਹੁੰਦੀ ਕਿ ਉਹ ਸਾਰੀ ਫ੍ਰੀ ਡਿਸਟ੍ਰੀਬਿਊਸ਼ਨ ਹੈ ਉਹਦੀ। ਇਹਦੇ ਵਿੱਚ ਇਨਫੋਰਮੇਸ਼ਨ ਆ, ਬਹੁਤ ਜ਼ਿਆਦਾ ਇਨਫੋਰਮੇਸ਼ਨ ਹੈ ਇਹਦੇ ਵਿੱਚ, ਜਿੱਦਾਂ ਬਿਜ਼ਨਸਮੈਨ ਵਾਸਤੇ ਤਾਂ ਹੈਗੀ ਉਹ, ਕਿਉਂਕਿ ਸਾਰਿਆਂ ਦੀ ਐਡਸ ਵਗੈਰਾ ਹੈਗੀ ਆ, ਹਰੇਕ ਬੰਦੇ ਨੂੰ ਸੌਖਾ ਲੱਭਣਾ, ਪਰ ਇਹਦੇ ਵਿੱਚ ਹੋਰ ਬਹੁਤ ਜ਼ਿਆਦਾ ਇਨਫੋਰਮੇਸ਼ਨ ਆ। ਸੈਕਟਰੀ ਦੇ ਪ੍ਰਧਾਨ ਦੇ ਨਾਤੇ ਮੈਂ ਲਾਟ ਭਿੰਡਰ ਨੂੰ ਬਹੁਤ ਬਹੁਤ ਵਧਾਈ ਦਿੰਦਾ, ਇਹ ਜਿਹੜੀ ਡਾਇਰੈਕਟਰੀ ਆ ਬੜੀ ਹੈਲਪਫੁਲ ਆ, ਸਭ ਨੂੰ ਪੜ੍ਹਨੀ ਚਾਹੀਦੀ ਹੈ। ਬਹੁਤ ਹੀ ਖੁਸ਼ੀ ਦੇ ਮੌਕੇ 'ਤੇ ਇਕੱਠੇ ਹੋਏ ਹਾਂ ਲਾਟ ਭਿੰਡਰ ਜੀ ਵੱਲੋਂ ਆਪਣੇ ਸਾਥੀਆਂ ਦੇ ਸਹਿਯੋਗ ਦੇ ਨਾਲ, ਜੋ 6ਵੀਂ ਇੰਡੋ ਕੈਨੇਡੀਅਨ ਪੰਜਾਬੀ ਡਾਇਰੈਕਟਰੀ ਅੱਜ ਜਾਰੀ ਕੀਤੀ ਗਈ ਹੈ। ਸੋ ਇਸ ਮੌਕੇ 'ਤੇ ਸਭ ਤੋਂ ਪਹਿਲਾਂ ਮੈਂ ਲਾਟ ਭਿੰਡਰ ਜੀ ਨੂੰ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਅਲੱਗ ਅਲੱਗ ਵਧਾਈ ਦਿੰਦਾ ਹਾਂ, ਜਿਨ੍ਹਾਂ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ, ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਸੋਈ ਸਾਹਿਬ ਵੀ ਦੱਸ ਕੇ ਗਏ ਨੇ ਕਿ ਇਹਦੇ ਨਾਲ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਇੱਥੇ ਰਹਿ ਰਹੀ ਆ ਉਹਨਾਂ ਨੂੰ ਬਹੁਤ ਵੱਡਾ ਫਾਇਦਾ।